ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਣੇ ਚੈਨਲ ਫਸਟ ਚੋਇਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਜਿਹੜੇ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ। ਪੇਮੈਂਟ ਦਾ ਮੋਡ ਹੈਗਾ ਜੀ ਔਨਲਾਈਨ, ਕੈਸ਼ ਔਨ ਡਿਲੀਵਰੀ ਨਹੀਂ ਹੈਗੀ, ਗੂਗਲ ਪੇ ਕਰ ਸਕਦੇ ਹੋ, ਪੇਟੀਐਮ ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਔਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ। ਅਤੇ ਸਕਰੀਨ 'ਤੇ ਇੱਕ ਨੰਬਰ ਚੱਲ ਰਿਹਾ, ਉਹ ਆਪਣਾ ਵਟਸਐਪ ਨੰਬਰ ਹੈ, ਜਿਹੜਾ ਵੀ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ, ਇਸ ਨੰਬਰ 'ਤੇ ਵਟਸਐਪ ਕਰਨਾ ਹੈ, ਫਿਰ ਤੁਹਾਨੂੰ ਇੱਕ ਨੰਬਰ ਦੇਵਾਂਗੇ, ਤੁਸੀਂ ਉਹਦੇ 'ਤੇ ਆਪਣੀ ਔਨਲਾਈਨ ਪੇਮੈਂਟ ਪਾਉਣੀ ਹੈ, ਐਡਰੈਸ ਭੇਜਣਾ, ਸੂਟ ਤੁਹਾਡੇ ਘਰ ਪਹੁੰਚੇਗਾ, ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ। ਵੀਡੀਓ ਦੀ ਟਾਈਮਿੰਗ ਹੈਗੀ ਹੈ ਜੀ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ, ਸੋ ਸਮੇਂ ਸਿਰ ਵੀਡੀਓ ਜ਼ਰੂਰ ਦੇਖ ਲਿਆ ਕਰੋ। ਅਤੇ ਅੱਜ ਫਿਰ ਆਪਾਂ ਤੁਹਾਡੇ ਲਈ ਰਾਮ ਟੈਕਸ ਦੀ ਵਰਾਇਟੀ ਹੀ ਲੈ ਕੇ ਆਏ ਹਾਂ, ਅਤੇ ਅੱਜ ਦੇ ਸੂਟ ਵੀ ਡਿਸਕਾਊਂਟ ਦੇ ਸੂਟ ਰਹਿਣਗੇ। ਠੀਕ ਹੈ ਜੀ, ਸ਼ੁਰੂ ਕਰਦੇ ਹਾਂ ਆਪਾਂ ਫਿਰ ਅੱਜ ਦੀ ਵੀਡੀਓ। ਲਓ ਜੀ, ਇਹ ਹੈਗਾ ਆਪਣਾ ਪਹਿਲੇ ਸੂਟ ਆ, ਰਾਮ ਟੈਕਸ ਦਾ ਸੂਟ ਹੈ, ਕਾਫੀ ਜ਼ਿਆਦਾ ਸੋਹਣਾ ਸਟੱਫ ਰਹੂਗਾ ਅਤੇ ਕਾਫੀ ਜ਼ਿਆਦਾ ਸੋਹਣਾ ਪ੍ਰਿੰਟ ਰਹੂਗਾ। ਲੋ ਕਲਰ ਹੈਗਾ ਆਫ ਵਾਈਟ, ਕਰੀਮ ਕਹਿ ਲਓ ਜਾਂ ਆਫ ਵਾਈਟ ਕਹਿ ਲਓ, ਪ੍ਰਿੰਟ ਬਹੁਤ ਅੱਛਾ, ਆਪਾਂ ਤੁਹਾਨੂੰ ਨੇੜੇ ਕਰਕੇ ਇਸ ਤਰ੍ਹਾਂ ਦਿਖਾ ਦਿੰਦੇ ਹਾਂ। ਅਤੇ ਜਿਹੜਾ ਤੁਹਾਨੂੰ ਪਿੰਕ ਦਿਖ ਰਿਹਾ, ਬਹੁਤ ਲਾਈਟ ਜਿਹਾ ਹੀ ਪਿੰਕ ਹੈਗਾ, ਬਹੁਤ ਸੋਹਣਾ ਕਲਰ ਹੈਗਾ। ਅਤੇ ਲਓ ਜੀ, ਅਤੇ ਇਹ ਰਹੂਗੀ ਇਹਦੇ ਨਾਲ ਸਲਵਾਰ, 2.5 ਮੀਟਰ ਦੀ ਸਲਵਾਰ ਰਹੂਗੀ ਔਰ 2.5 ਮੀਟਰ ਦੀ ਸ਼ਰਟ ਰਹੂਗੀ। ਅਤੇ ਸੀ ਥਰੂ ਕਲਰ ਇਹੋ ਜਿਹਾ ਥੋੜ੍ਹਾ ਬਹੁਤਾ ਹੋ ਜਾਂਦਾ, ਆਪਾਂ ਬਹੁਤ ਜ਼ਿਆਦਾ ਨਹੀਂ ਹੈਗਾ, ਪਰ ਸ਼ਰਟ ਦੇ ਨਾਲ ਨੀਚੇ ਪਤਾ ਨਹੀਂ ਲੱਗਦਾ ਹੁੰਦਾ। ਅਤੇ ਲਓ ਜੀ, ਇਹ ਹੈਗਾ ਆਪਣਾ ਫਸਟ ਸੂਟ ਰਾਮ ਟੈਕਸ ਦਾ, ਅਤੇ ਪ੍ਰਾਈਸ ਇਹ ਸੂਟ ਦੀ ਰਹੂਗੀ 950। ਠੀਕ ਹੈ ਜੀ, ਕੱਲ੍ਹ ਵਾਲੀ ਵੀਡੀਓ ਦੇ ਵਿੱਚ ਵੀ ਸਾਰੇ ਸੂਟਾਂ ਦੀ ਜਿਹੜੀ ਪ੍ਰਾਈਸ ਸੀਗੀ ਉਹ 950 ਸੀ, ਅੱਜ ਫਿਰ ਜਿਹੜੀ ਪ੍ਰਾਈਸ ਰਹੂਗੀ ਉਹ ਹਰੇਕ ਸੂਟ ਦੀ 950 ਹੀ ਰਹੂਗੀ। ਠੀਕ ਹੈ ਜੀ, ਅਤੇ ਅਗਲਾ ਸੂਟ, ਇਹਦੇ ਵਿੱਚ ਇੱਕ ਸੂਟ ਆਪਾਂ ਵਰਕ ਕਰਾ ਕੇ ਰੱਖਿਆ ਹੋਇਆ, ਬਿਲਕੁਲ ਸੇਮ ਰਹੂਗਾ, ਕਲਰ ਵੀ ਸੇਮ ਹੈ, ਬਸ ਫਰਕ ਇੰਨਾ ਹੀ ਹੈ ਕਿ ਇਹਦੇ 'ਤੇ ਵਰਕ ਹੋਇਆ ਹੋਇਆ। ਲਓ ਜੀ, ਇਹਦੇ 'ਤੇ ਜਿਹੜਾ ਵਰਕ ਕੀਤਾ ਹੋਇਆ ਉਹ ਇਸ ਤਰ੍ਹਾਂ ਦਾ ਵਰਕ ਹੈ, ਇੱਦਾਂ ਦਾ ਕਟਵਰਕ ਹੋਇਆ ਹੋਇਆ ਇਹਦੇ ਵਿੱਚ, ਇਸ ਤਰ੍ਹਾਂ ਕਾਫੀ ਸੋਹਣਾ ਲੱਗਦਾ ਇਹ ਸੂਟ, ਨੀਚੇ ਇਸ ਤਰ੍ਹਾਂ ਕਟਵਰਕ ਕੀਤਾ ਹੋਇਆ, ਬਹੁਤ ਪਿਆਰਾ ਸੂਟ ਹੈ। ਅਤੇ ਇਹਦੇ ਇਸ ਤਰ੍ਹਾਂ ਹੀ ਇਹਦੇ ਬਾਜੂ 'ਤੇ ਆ, ਠੀਕ ਹੈ ਜੀ, ਬਹੁਤ ਸੋਹਣਾ ਲੱਗਦਾ ਇਹ। ਅਤੇ ਇਹਦੇ ਨਾਲ ਸਲਵਾਰ ਰਹੂਗੀ ਪਲੇਨ, ਅਤੇ ਸ਼ਰਟ ਰਹੂਗਾ ਵਰਕ ਵਾਲਾ, ਉਹ ਸੂਟ ਤੁਹਾਨੂੰ ਕਿਹਾ ਸੀਗਾ ਆਪਾਂ 950 'ਚ ਦੇਣਾ, ਪਰ ਇਹ ਸੂਟ ਦੀ ਪ੍ਰਾਈਸ ਹੈ ਜਿਹੜੀ ਉਹ ਥੋੜ੍ਹੀ ਅੱਪ ਹੋਊਗੀ, ਕਿਉਂਕਿ ਇਹਦੇ 'ਤੇ ਵਰਕ ਕਾਫੀ ਸੋਹਣਾ ਕੀਤਾ। ਅਤੇ ਇਹਦੀ ਪ੍ਰਾਈਸ ਹੈਗੀ ਹੈ 1550। ਲਓ ਜੀ, ਅਗਲਾ ਹੈਗਾ ਮਹਿੰਦੀ ਜਿਹੇ ਕਲਰ ਦੇ ਵਿੱਚ ਸੂਟ ਹੈ, ਕਾਫੀ ਪਿਆਰਾ ਪ੍ਰਿੰਟ ਹੈ, ਆ ਲਓ ਜੀ ਇਹ ਵਾਲਾ ਸੂਟ ਵੀ ਰਾਮਟੈਕਸ ਦੇ ਵਿੱਚ, ਰਾਮਟੈਕਸ ਦੀ ਕੋਟਨ ਤਾਂ ਮਲਾਈ ਵਰਗੀ ਕੋਟਨ ਹੁੰਦੀ ਹੈ, ਆ ਲਓ ਕਲਰ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਨੇੜੇ ਕਰਕੇ। ਅਤੇ ਨਾਲ ਇਹਦੇ ਹੈਗੀ ਹੈ ਜੀ ਇਹ ਵਾਲੀ ਮਹਿੰਦੀ ਕਲਰ ਦੀ 2.5 ਮੀਟਰ ਦੀ ਸਲਵਾਰ, ਅਤੇ 2.5 ਮੀਟਰ ਦੀ ਪ੍ਰਿੰਟਡ ਸ਼ਰਟ ਰਹੂਗੀ। ਅਤੇ ਇਹਦੀ ਵੀ ਪ੍ਰਾਈਸ ਰਹੂਗੀ 950। ਅਤੇ ਹੁਣ ਮੈਂ ਪੈਰਲਲ ਇਹਦੇ ਤੁਹਾਨੂੰ ਵਰਕ ਵਾਲਾ ਸੂਟ ਵੀ ਦਿਖਾ ਦਿੰਦੀ ਹਾਂ, ਸੇਮ ਸਟੱਫ ਦੇ ਵਿੱਚ ਔਰ ਸੇਮ ਕਲਰ ਦੇ ਵਿੱਚ ਇਹ ਤੁਹਾਨੂੰ ਮਿਲੂਗਾ 950 ਦੇ ਵਿੱਚ। ਅਤੇ ਅਗਲਾ ਜਿਹੜਾ ਸੂਟ ਇਹਦੇ ਵਿੱਚ ਆਪਾਂ ਵਰਕ ਕਰਾਇਆ ਹੋਇਆ ਉਹ ਪੈਚ ਵਰਕ ਦਾ ਸੂਟ ਹੈ, ਠੀਕ ਹੈ ਜੀ, ਆ ਲਓ ਇਹ ਤਾਂ ਇੱਦਾਂ ਪੈਚ ਲੱਗੇ ਹੋਏ ਨੇ, ਤੁਹਾਨੂੰ ਨੀਚੇ ਘੇਰਾ ਦਿਖਦਾ ਹੋਣਾ, ਸਲਵਾਰ ਦੇ ਵਿੱਚੋਂ ਕੱਪੜਾ ਲੈ ਕੇ ਇਹਦੇ 'ਤੇ ਪੈਚ ਲਾਏ ਹੋਏ ਨੇ। ਅਤੇ ਕਾਫੀ ਸੋਹਣਾ ਸੂਟ ਹੈ ਇਹ, ਬਹੁਤ ਸੋਹਣਾ ਸੂਟ ਹੈ, ਲਓ ਬਹੁਤ ਪਿਆਰਾ ਲੱਗਦਾ ਇਹ ਸੂਟ ਦਾ ਵਰਕ, ਬਹੁਤ ਹੀ ਸੋਹਣਾ ਹੈ। ਅਤੇ ਇਸ ਤਰ੍ਹਾਂ ਦਾ ਹੀ ਵਰਕ ਹੈ ਜਿਹੜਾ ਉਹ ਤੁਹਾਨੂੰ ਬਾਜੂ 'ਤੇ ਮਿਲੂਗਾ, ਇਹ ਵਾਲਾ ਵਰਕ, ਠੀਕ ਹੈ ਜੀ, ਬਹੁਤ ਪਿਆਰਾ ਸੂਟ ਹੈ, ਪ੍ਰਿੰਟ ਬਹੁਤ ਸੋਹਣਾ ਹੈ, ਵਰਕ ਬਹੁਤ ਸੋਹਣਾ ਹੈ। ਅਤੇ ਇਹ ਸੂਟ ਦੀ ਪ੍ਰਾਈਸ ਰਹੂਗੀ 1500 ਰੁਪਏ, ਇੱਕ ਸੂਟ 1550 ਦਾ ਸੀ ਦੂਜਾ, ਅਤੇ ਇਹ ਰਹੂਗੀ 1500 ਰੁਪਏ, ਇਹ ਵਾਲਾ ਸੂਟ ਤੁਹਾਨੂੰ ਮਿਲੂਗਾ 1500 ਦੇ ਵਿੱਚ।
ਵਰਕ ਦਾ ਜਿਵੇਂ ਜਿਵੇਂ ਥੋੜ੍ਹਾ ਥੋੜ੍ਹਾ ਫਰਕ ਪੈਂਦਾ ਰਹਿੰਦਾ, ਸੋ ਪ੍ਰਾਈਸ ਦਾ ਵੀ ਉੱਦਾਂ ਨਾਲ ਹੀ ਫਰਕ ਪੈਂਦਾ। ਲਓ ਜੀ ਅਗਲਾ ਸੂਟ ਆ ਜਿਹੜਾ, ਇਹ ਵੀ ਕਾਫੀ ਸੋਹਣਾ ਸੂਟ ਹੈ, ਬਹੁਤ ਪਿਆਰਾ ਸੂਟ ਹੈ। ਕਲਰ ਦੇਖੋ ਤੁਸੀਂ ਕਿੰਨਾ ਸੋਹਣਾ, ਪ੍ਰਿੰਟ ਸਾਰਿਆਂ ਦੇ ਸੇਮ ਹੀ ਮਿਲ ਰਹੇ ਨੇ ਪਰ ਕਲਰ ਫਰਕ ਪੈ ਰਿਹਾ। ਅਤੇ ਪ੍ਰਾਈਸ ਇਹਦੀ ਵੀ ਰਹੂਗੀ 950, ਇਹ 2.5 ਮੀਟਰ ਦੀ ਇਹਦੇ ਨਾਲ ਰਹੂਗੀ ਸਲਵਾਰ ਅਤੇ 2.5 ਮੀਟਰ ਦਾ ਰਹੂਗਾ ਸ਼ਰਟ। ਠੀਕ ਹੈ ਜੀ, ਪ੍ਰਾਈਸ 950। ਅਤੇ ਇਹਦੇ ਵਿੱਚ ਹੀ ਆਪਾਂ ਨੂੰ ਫੇਰ ਵਰਕ ਵਾਲਾ ਸੂਟ ਮਿਲੂਗਾ ਇੱਕ, ਇੱਕ ਇੱਕ ਆਪਾਂ ਵਰਕ ਕਰਾ ਕੇ ਰੱਖਿਆ ਹੋਇਆ। ਇਹਦੇ ਨੀਚੇ ਔਰਗੈਂਜ਼ਾ ਲੱਗ ਕੇ ਪੈਚ ਲੱਗੇ ਹੋਏ ਆ, ਆ ਲਓ ਜੀ ਇਹਦੇ ਨੀਚੇ ਇਸ ਤਰ੍ਹਾਂ ਔਰਗੈਂਜ਼ਾ ਦਾ ਪੈਚ ਹੈ। ਮੈਂ ਥੋੜ੍ਹਾ ਹੋਰ ਖੋਲਦਾ, ਘੇਰਾ ਸਮਝ ਆ ਜੂਗਾ ਤੁਹਾਨੂੰ। ਆ ਲਓ, ਲਓ ਜੀ ਇਹ ਵਾਲਾ ਵਰਕ ਹੈ ਦੀਦੀ, ਔਰਗੈਂਜ਼ਾ ਲੱਗ ਕੇ ਇੱਦਾਂ ਪੈਚ ਲੱਗੇ ਹੋਏ ਨੇ, ਬਹੁਤ ਹੀ ਪਿਆਰਾ ਲੱਗਦਾ ਸੂਟ। ਇਹ ਬਾਜੂ ਦੇ ਉੱਪਰ ਇਸ ਤਰ੍ਹਾਂ ਪੈਚ ਲੱਗਿਆ ਹੋਇਆ ਔਰਗੈਂਜ਼ਾ ਦਾ, ਉਹਦੇ ਉੱਪਰ ਵਰਕ ਹੋਇਆ ਪੈਚ ਵਰਕ, ਪਹਿਲਾਂ ਔਰਗੈਂਜ਼ਾ ਲੱਗਿਆ ਉਹਦੇ ਉੱਪਰ ਫਿਰ ਪੈਚ ਵਰਕ ਹੋਇਆ ਹੋਇਆ। ਠੀਕ ਹੈ ਜੀ, ਬਹੁਤ ਸੋਹਣਾ ਸੂਟ ਹੈ। ਅਤੇ ਸਲਵਾਰ ਰਹੂਗੀ ਇਹਦੇ ਨਾਲ ਪਲੇਨ, ਅਤੇ ਪ੍ਰਾਈਸ ਇਹਦੀ ਵੀ ਰਹੂਗੀ 1550। ਠੀਕ ਹੈ ਜੀ, ਅਗਲਾ ਜਿਹੜਾ ਸੂਟ ਹੈ ਇਹ ਵੀ ਰਾਮਟੈਕਸ ਦਾ ਸੂਟ ਹੈ, ਇਹਦੇ 'ਤੇ ਵੀ ਇੱਦਾਂ ਵਰਕ ਕੀਤਾ ਹੋਇਆ। ਆ ਲਓ ਜੀ ਉੱਦਾਂ ਹੀ ਪੈਚ ਵਰਕ ਲੱਗਿਆ ਜਿਸ ਤਰ੍ਹਾਂ ਪਹਿਲਾਂ ਤੁਸੀਂ ਦੇਖ ਚੁੱਕੇ ਹੋ, 1500 ਦਾ ਪ੍ਰਾਈਸ ਇਹਦੀ ਵੀ 1500 ਰਹੂਗੀ, ਇਸ ਤਰ੍ਹਾਂ ਹੀ ਬਾਜੂ 'ਤੇ ਪੈਚ ਵਰਕ ਹੈ। ਅਤੇ ਇਹਦੇ ਨਾਲ ਰਹੂਗੀ ਇਹ ਵਾਲੀ ਸਲਵਾਰ, ਸਿਲਵਰ ਗ੍ਰੇ ਜਿਹਾ ਕਲਰ ਹੈ, ਅਤੇ ਮੇਰਾ ਖਿਆਲ ਹੈ ਇੱਕ ਪ੍ਰਿੰਟਡ ਵੀ ਹੋਊਗਾ ਇਹਦੇ ਵਿੱਚ, ਸ਼ਾਇਦ ਬਿਨਾਂ ਵਰਕ ਵਾਲੇ ਤੋਂ ਵੀ ਹੋਵੇ, ਉਹ ਮੈਂ ਦੇਖ ਲਊਂਗੀ। ਉਹਦੀ ਪ੍ਰਾਈਸ 950 ਹੋਊਗੀ ਫਿਰ ਜੇ ਹੋਇਆ ਤਾਂ ਆਪਣੇ ਕੋਲ। ਅਤੇ ਇਹ ਹੈਗਾ ਜੀ ਆਪਣੇ ਕੋਲ ਐਸ ਕੇ ਦੀ ਲਿਲਨ ਕੋਟਨ, ਬਹੁਤ ਸੁਪੀਰੀਅਰ ਲਿਲਨ ਕੋਟਨ। ਠੀਕ ਹੈ, ਅਤੇ ਪ੍ਰਿੰਟ ਇਹ ਅੱਜ ਕੱਲ੍ਹ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈਗਾ, ਕਲਰ ਤੁਸੀਂ ਦੇਖ ਹੀ ਰਹੇ ਹੋ, ਹਲਕਾ ਜਿਹਾ ਲਵੈਂਡਰ ਜਿਹਾ ਸ਼ੇਡ ਹੈ, ਔਰ ਬਹੁਤ ਜ਼ਿਆਦਾ ਪਿਆਰਾ ਲੱਗਦਾ ਸੂਟ, ਬਹੁਤ ਜ਼ਿਆਦਾ। ਠੀਕ ਹੈ ਜੀ, ਬਹੁਤ ਸੋਹਣਾ ਸੂਟ ਹੈ। ਅਤੇ ਇਹ ਹੈਗੀ ਹੈ ਜੀ ਇਹਦੇ ਨਾਲ ਸਲਵਾਰ, ਅਤੇ ਸਲਵਾਰ ਦੇ ਵਿੱਚ ਵੀ ਥੋੜ੍ਹਾ ਥੋੜ੍ਹਾ ਸੈਲਫ ਪ੍ਰਿੰਟ ਹੈ, ਬਿਲਕੁਲ ਪਲੇਨ ਸਲਵਾਰ ਨਹੀਂ ਹੈਗੀ। ਅਤੇ ਕਾਫੀ ਜ਼ਿਆਦਾ ਸੋਹਣਾ ਸੂਟ ਹੈ ਇਹ, ਅਤੇ ਇਹ ਸੂਟ ਦੀ ਪ੍ਰਾਈਸ ਹੈ ਜਿਹੜੀ ਉਹ ਰਹੂਗੀ 1100 ਰੁਪਏ। ਇਹ ਸੂਟ ਤੁਹਾਨੂੰ 1100 ਦੇ ਵਿੱਚ ਮਿਲਣਾ, ਸ਼ਿਪਿੰਗ ਚਾਰਜਸ ਕੋਈ ਨਹੀਂ ਹੈਗੇ। ਆ ਲਓ ਜੀ ਇਹ ਵਾਲਾ ਸੂਟ, ਇਹ ਵੀ ਰਾਮਟੈਕਸ ਦਾ ਸੂਟ ਹੈ, ਬਹੁਤ ਜ਼ਿਆਦਾ ਸੋਹਣਾ ਸੂਟ ਹੈ, ਫੁੱਲ ਸੂਟ ਹੈ ਜੀ, ਆਲ ਓਵਰ ਸੂਟ ਮਿਲ ਜੂਗਾ ਤੁਹਾਨੂੰ ਇਸ ਤਰ੍ਹਾਂ। ਠੀਕ ਹੈ ਜੀ, ਇਹਦੇ ਨਾਲ ਪਲੇਨ ਸਲਵਾਰ ਨਹੀਂ ਹੈ, ਇਹਦੇ ਨਾਲ ਇਹ ਆਲ ਓਵਰ ਸੂਟ ਹੈ ਸਾਰਾ ਸੂਟ, ਕਾਫੀ ਜ਼ਿਆਦਾ ਸੋਹਣਾ ਲੱਗਦਾ, ਵਿੱਚ ਵਾਈਟ ਪ੍ਰਿੰਟ ਹੈ ਇਹਦੇ, ਅਤੇ ਰਾਮਟੈਕਸ ਦਾ ਸੂਟ ਰਹੂਗਾ। ਅਤੇ ਇਹਦੀ ਪ੍ਰਾਈਸ ਰਹੂਗੀ 1000, ਪੂਰਾ 1000 ਰੁਪਏ। ਅਤੇ ਅਗਲਾ ਹੈ, ਇਹ ਵੀ ਰਾਮਟੈਕਸ ਦਾ ਸੂਟ ਹੈ, ਕਲਰ ਬਹੁਤ ਜ਼ਿਆਦਾ ਪਿਆਰਾ ਹੈ, ਆ ਲਓ ਕਲਰ ਅਤੇ ਪ੍ਰਿੰਟ ਬਹੁਤ ਸੋਹਣਾ, ਬਹੁਤ ਹੀ ਜ਼ਿਆਦਾ ਸੋਹਣਾ। ਅਤੇ ਇਹ ਹੈ ਇਹਦੇ ਨਾਲ ਸਲਵਾਰ ਪਲੇਨ। ਠੀਕ ਹੈ ਜੀ, ਅਤੇ ਪ੍ਰਾਈਸ 950। ਅਗਲਾ ਇਸੇ ਦਾ ਹੀ ਪ੍ਰਿੰਟ ਹੈ, ਕਲਰ ਪਿੰਕਿਸ਼ ਪੀਚ ਹੈ, ਹਾਂ ਬਹੁਤ ਪਿਆਰਾ ਸੂਟ ਹੈ ਇਹ ਵੀ, ਕਲਰ ਅਤੇ ਪ੍ਰਿੰਟ ਬਹੁਤ ਸੋਹਣਾ ਹੈ। ਅਤੇ ਸਲਵਾਰ ਇਹਦੇ ਨਾਲ ਰਹੂਗੀ ਪਲੇਨ, 2.5 ਮੀਟਰ ਮੈਚਿੰਗ ਦੇ ਵਿੱਚ ਹੈ ਸੂਟ ਇਹ, ਪ੍ਰਾਈਸ 950। ਅਗਲਾ ਸੂਟ ਆ ਜਿਹੜਾ ਇਹ ਆਂਟੀਆਂ ਵਾਲਾ ਸੂਟ ਹੈ, ਇਹ ਆਪਣੇ ਕੋਲ ਸਿੰਗਲ ਪੀਸ ਹੈ, ਅਤੇ ਲੱਗਦਾ ਇੱਦਾਂ ਹੈਗਾ ਜਿਵੇਂ ਇਹਦੇ 'ਤੇ ਕ੍ਰੋਸ ਸਟਿਚ ਦਾ ਵਰਕ ਕੀਤਾ ਹੋਵੇ, ਹਲੋ ਇੱਦਾਂ ਲੱਗਦਾ, ਮਾਊਸ ਕਲਰ ਹੈ ਜਿਵੇਂ ਕ੍ਰੋਸ ਸਟਿਚ ਦਾ ਵਰਕ ਕੀਤਾ ਹੋਵੇ। ਠੀਕ ਹੈ ਜੀ, ਪਰ ਹੈਗਾ ਪ੍ਰਿੰਟ ਹੈ, ਅਤੇ ਮਾਊਸ ਕਲਰ ਦੇ ਵਿੱਚ ਹੈਗਾ ਇਹ, ਮਾਊਸ ਕਲਰ ਵੀ ਕਾਫੀ ਸੋਹਣਾ ਕਲਰ ਲੱਗਦਾ। ਇਹ ਹੈਗੀ ਇਹਦੇ ਨਾਲ 2.5 ਮੀਟਰ ਦੀ ਸਲਵਾਰ, ਅਤੇ ਪ੍ਰਾਈਸ ਰਹੂਗੀ 950। ਲਓ ਜੀ ਇਹ ਹੈਗਾ ਗ੍ਰੇ ਕਲਰ ਦੇ ਵਿੱਚ, ਇਹ ਵੀ ਸਿੰਗਲ ਪੀਸ ਹੈ, ਅਤੇ ਇਹ ਵੀ ਰਾਮਟੈਕਸ ਦਾ ਹੀ ਸੂਟ ਰਹੂਗਾ, ਅਤੇ ਇਹ ਹੈ ਇਹਦੇ ਨਾਲ ਪ੍ਰਿੰਟ।
ਪ੍ਰਿੰਟ ਹੈਗਾ ਉਦਾਂ ਹੀ ਜਿਵੇਂ ਕ੍ਰੋਸ ਸਟਿਚ ਦਾ ਹੁੰਦਾ, ਜਿਵੇਂ ਪਹਿਲਾਂ ਤੁਸੀਂ ਦੇਖ ਚੁੱਕੇ ਹੋ। ਕਾਫੀ ਸੋਹਣਾ ਲੱਗਦਾ ਸੂਟ, ਇਹ ਗ੍ਰੇ ਕਲਰ ਬਹੁਤ ਪਿਆਰਾ ਹੈ, ਡਲ ਗ੍ਰੇ ਨਹੀਂ ਹੈਗਾ, ਬ੍ਰਾਈਟ ਗ੍ਰੇ ਹੈ, ਕਾਫੀ ਸੋਹਣਾ, 950 ਦਾ, ਠੀਕ ਹੈ ਜੀ। ਅਤੇ ਅੱਗੇ ਹੈ, ਇਹ ਵੀ ਰਾਮਟੈਕਸ ਦੇ ਸੂਟ ਹੈਗੇ ਆ, ਇਹ ਰਾਮਟੈਕਸ ਦੀ ਕੋਟਰਾਈ ਕੋਟਨ, ਠੀਕ ਹੈ ਜੀ, ਕੋਟਰਾਈ ਕੋਟਨ ਸੀਗੀ ਇਹ, ਕਾਫੀ ਵਧੀਆ ਕਲਰ ਪ੍ਰਿੰਟ ਹੈਗੇ ਨੇ ਇਹ, ਆ ਲਓ ਲਾਈਨਸ ਨੇ ਇਹਦੇ ਵਿੱਚ, ਠੀਕ ਹੈ, ਪ੍ਰਿੰਟ ਕਾਫੀ ਸੋਹਣਾ ਹੈ, ਕਲਰ ਕਾਫੀ ਸੋਹਣਾ ਹੈ, ਰਾਮਟੈਕਸ ਦਾ ਸੂਟ ਹੈਗਾ ਪਰ ਕੋਟਰਾਈ ਕੋਟਨ ਹੈ, ਇਸ ਕਰਕੇ ਇਹਦੀ ਪ੍ਰਾਈਸ ਬਾਕੀਆਂ ਨਾਲੋਂ ਡਿਫਰੈਂਟ ਹੈ। ਇਹ ਸੂਟ ਤੁਹਾਨੂੰ, ਇਹ ਵਾਲੀ ਸਲਵਾਰ ਮਿਲੂਗੀ ਨੈਗੇਟਿਵ ਪ੍ਰਿੰਟ ਦੀ, ਠੀਕ ਹੈ ਜੀ, ਇਹਦੀ ਪ੍ਰਾਈਸ ਮਿਲੂਗੀ ਤੁਹਾਨੂੰ 1100 ਰੁਪਏ, ਇਹ ਸੂਟ ਤੁਹਾਨੂੰ 1100 'ਚ ਹੀ ਮਿਲੂਗਾ। ਅਗਲਾ ਸੂਟ ਹੈ ਜਿਹੜਾ, ਇਹ ਵੀ ਰਾਮਟੈਕਸ ਦਾ ਹੀ ਸੂਟ ਹੈ, ਕਾਫੀ ਸੋਹਣਾ ਸੂਟ ਹੈ, ਇਹ ਵੀ ਕਲਰ ਬਹੁਤ ਪਿਆਰਾ ਹੈ, ਕੋਟਰਾਈ ਕੋਟਨ ਹੈ ਇਹ ਵੀ, ਇਹਦੇ ਵਿੱਚ ਵੀ ਉੱਦਾਂ ਲਾਈਨਸ ਨੇ ਅਤੇ ਲਵੈਂਡਰ ਜਿਹਾ ਸ਼ੇਡ ਹੈ, ਅਤੇ ਆਹ ਹੈਗੀ ਇਹਦੇ ਨਾਲ ਸਲਵਾਰ ਨੈਗੇਟਿਵ ਪ੍ਰਿੰਟ ਦੀ, ਬਹੁਤ ਪਿਆਰਾ ਸੂਟ ਬਣੂਗਾ। ਪ੍ਰਾਈਸ ਰਹੂਗੀ 1100 ਲਓ ਜੀ। ਵੀ ਬਹੁਤ ਮਿੱਠਾ ਮਿੱਠਾ ਕਲਰ ਹੈ, ਯੈਲੋ ਦਾ ਕਲਰ, ਕੋਟਰਾਈ ਕੋਟਨ ਦੇ ਵਿੱਚ, ਰਾਮਟੈਕਸ ਦੀ ਕੋਟਰਾਈ ਕੋਟਨ, ਠੀਕ ਹੈ, ਲਾਈਨਸ ਵਾਲੀ, ਆਹ ਦੇਖੋ ਲਾਈਨਸ ਨੇ, ਇਹਦੀ ਕਰਕੇ ਦਿਖਾ ਦਾਂ, ਬਹੁਤ ਪਿਆਰਾ ਕਲਰ ਹੈ। ਅਤੇ ਕੋਟਨ ਦਾ ਤਾਂ ਦੇਖੋ, ਰਾਮਟੈਕਸ ਬਾਰੇ ਕੋਈ ਐਕਸਪਲੇਨ ਕਰਨ ਦੀ ਮੈਨੂੰ ਲੱਗਦਾ ਜ਼ਰੂਰਤ ਨਹੀਂ ਹੈਗੀ ਮੈਨੂੰ। ਅਤੇ ਇਹ ਹੈਗਾ ਇਹਦੇ ਨਾਲ ਸਲਵਾਰ ਦਾ ਪੀਸ, ਇਹ ਹੈਗੀ ਨੈਗੇਟਿਵ ਪ੍ਰਿੰਟ ਦੇ ਵਿੱਚ, ਠੀਕ ਹੈ ਜੀ, ਬਹੁਤ ਸੋਹਣਾ ਸੂਟ ਹੈ, ਬਕਾਇਦਾ ਤੁਹਾਨੂੰ ਰਾਮਟੈਕਸ ਦੀ ਸਟੈਂਪ ਹਰ ਇੱਕ ਸੂਟ ਦੇ ਵਿੱਚ ਮਿਲੂਗੀ, ਅਤੇ ਪ੍ਰਾਈਸ ਰਹੂਗੀ 1100 ਰੁਪਏ। ਇਹ ਸੀ ਆਪਣੀ ਅੱਜ ਦੀ ਕੁਲੈਕਸ਼ਨ, ਉਮੀਦ ਆ ਤੁਹਾਨੂੰ ਪਸੰਦ ਆਊਗੀ, ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ, ਕਮੈਂਟ ਕਰਕੇ ਦੱਸਦੇ ਰਹੋ, ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜਿਹੀ ਕੁਲੈਕਸ਼ਨ ਲੈ ਕੇ, ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।